ਹੁਣ ਤੁਹਾਡੀ ਐਮਐਲਏ ਉਹ ਨਹੀਂ ਹੈਗੀ ਵੀ ਫਲਾਣੀ ਦੁਕਾਨ ਤੋਂ ਸਰੀਆ ਚੱਕ ਲੈ ਆਓ ਉੱਥੋਂ ਬਜਰੀ ਚੱਕ ਲੈ ਆਓ ਫਲਾਣੇ ਠੇਕੇਦਾਰ ਨਾਲ ਹਿੱਸੇ ਪਾ ਲੈ ਇਹ ਕੰਮ ਕਰਨ ਨੂੰ ਅਸੀਂ ਨੌਜਵਾਨ ਸਿਆਸਤ 'ਚ ਨਹੀਂ ਆਏ ਅਸੀਂ ਬਦਲਣਾ ਚਾਹੁੰਦੇ ਹਾਂ ਇਹ 41 ਸਰਬਸੰਮਤੀਆਂ ਹੋਈਆਂ ਨੇ ਕੋਈ ਇਹ ਨਹੀਂ ਕਿ ਕਿਸੇ ਥਾਂ ਤੇ ਸਾਨੂੰ ਬਹੁਤੇ ਕੁਝ ਸੰਘਰਸ਼ ਕਰਨਾ ਪਿਆ ਕੁਝ ਕੀਤਾ ਇਹ ਆਪਣੇ ਆਪ ਲੋਕਾਂ ਨੇ ਜਿਹੜੀਆਂ ਇਹ ਸਾਰਿਆਂ ਨੂੰ ਕਬੂਲ ਕੀਤਾ ਕਿਸੇ ਨੇ ਦਾਰੂ ਵੰਡਤੀ ਕਿਸੇ ਨੇ ਕੋਈ ਹੋਰ ਕੰਮ ਕਰਤੇ ਬਹੁਤੇ ਖਰਚੇ ਕਰਨ ਵਾਲੇ ਨੂੰ ਨਹੀਂ ਜਿਹੜਾ ਪਿੰਡ ਨੂੰ ਸਵਰਗ ਬਣਾਵੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਗਰਾਊਂਡ ਪਾਰਕ ਸੀਵਰੇਜ ਕਿਉਂਕਿ ਪੈਸਾ ਮੈਂ ਦੇਣਾ ਜੇ ਮਾੜਾ ਬੰਦਾ ਚੁਣ ਲਿਆ ਉਹੀ 100 'ਚੋਂ 90 ਖਾ ਜਾਣਗੇ 10 ਲਾ ਦਿੰਦੇ ਨੇ ਅਤੇ ਪਹਿਲਾਂ ਹੀ ਉਹ ਬੰਦੇ ਚੁਣਿਓ ਵੀ ਮੁੜ ਕੇ ਸਾਨੂੰ ਤੰਗ ਨਾ ਹੋਣਾ ਪਵੇ ਮੈਨੂੰ ਚੰਗੀਆਂ ਬਾਹਾਂ ਦਿਓ ਜਿਹੜੇ ਕੰਮ ਕਰਨ ਵਾਲੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਨਿਰਪੱਖ ਪੋਸਟ 'ਤੇ ਮੈਂ ਗੁਰਪ੍ਰੀਤ ਸਵਾਗਤ ਕਰਦਾ ਦੋਸਤੋ ਇਸ ਵਕਤ ਅਸੀਂ ਖਰੜ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ 41 ਪਿੰਡਾਂ ਦੀ ਸਰਬਸੰਮਤੀ ਨਾਲ ਜਿਹੜੇ ਕਿ ਸਰਪੰਚ ਚੁਣੇ ਗਏ ਨੇ ਸਿੱਧੇ ਤੌਰ 'ਤੇ ਮੈਡਮ ਇੱਥੇ ਪਹੁੰਚੇ ਨੇ ਐਮਐਲਏ ਖਰੜ ਦੇ ਪਹੁੰਚੇ ਨੇ ਮੈਮ ਨਾਲ ਗੱਲਬਾਤ ਕਰਦੇ ਹਾਂ ਮੈਮ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ 41 ਪਿੰਡਾਂ ਦੇ ਜਿਹੜੇ ਕਿ ਸਰਪੰਚ ਸਾਹਿਬ ਸਰਬਸੰਮਤੀ ਨਾਲ ਬਣੇ ਨੇ ਜੀ 41 ਪਿੰਡਾਂ ਦੇ ਚੁਣੇ ਗਏ ਆ ਜੀ ਖਾਸ ਗੱਲ ਹੈ ਵੀ ਸ਼ਾਂਤੀਪੂਰਵਕ ਕੋਈ ਇਹ ਨਹੀਂ ਵੀ ਕਿਸੇ ਦਾ ਕੋਈ ਕਾਗਜ਼ ਰੱਦ ਹੋ ਗਿਆ ਕੋਈ ਪਰਚੇ ਪੈ ਗਏ ਕੋਈ ਆਪਣੇ ਹਲਕਾ ਖਰੜ ਦੇ ਪਿੰਡਾਂ ਦਾ ਕਿਸੇ ਤਰੀਕੇ ਦਾ ਕੋਈ ਰੌਲਾ ਨਹੀਂ ਲੋਕਾਂ ਨੇ ਸਿਆਣਪ ਦਾ ਸਬੂਤ ਦਿੱਤਾ ਹੈ ਲੋਕਾਂ ਨੇ ਹੱਲਾਸ਼ੇਰੀ ਦਿੱਤੀ ਹੈ ਅਤੇ ਮੈਨੂੰ ਦੁੱਗਣੇ ਕੰਮ ਨਾਲ ਪਿੰਡਾਂ 'ਚ ਹੁਣ ਜਿਹੜਾ ਜ਼ਿੰਮੇਵਾਰੀ ਮੇਰੇ ਹੋਰ ਮੇਰਾ ਉਹਨਾਂ ਨੇ ਇੱਕ ਹੌਂਸਲਾ ਹੀ ਦਿੱਤਾ ਕਿ ਸਰਪੰਚ ਜਿੱਦਾਂ ਜਿਸ ਤਰੀਕੇ ਮੁੱਖ ਮੰਤਰੀ ਸਾਹਿਬ ਨੇ ਇਹ ਆਦੇਸ਼ ਦਿੱਤੇ ਸੀ ਵੀ ਸਰਬਸੰਮਤੀ ਨਾਲ ਚੁਣੇ ਗਏ ਚੁਣੇ ਜਾਣ ਸਰਪੰਚ 5 ਲੱਖ ਦੀ ਇਨਾਮ ਵੀ ਮਿਲੂਗਾ ਸੋ ਬੜੀ ਖੁਸ਼ੀ ਦੀ ਗੱਲ ਹੈ ਬਿਲਕੁਲ ਮੈਮ ਜੇ ਕੰਮਕਾਰ ਦੀ ਗੱਲ ਕਰਾਂ ਖਰੜ ਦੇ ਵਿੱਚ ਲਗਾਤਾਰ ਪਹਿਲੇ ਦਿਨ ਤੋਂ ਹੋ ਰਹੇ ਨੇ ਹੁਣ ਫਿਰ ਤੁਸੀਂ ਐਕਸ਼ਨ ਮੋਡ ਦੇ ਵਿੱਚ ਲਗਾਤਾਰ ਜਿਹੜੇ ਉਦਘਾਟਨ ਕਰ ਰਹੇ ਹੋ ਕਿਵੇਂ ਦੇਖਦੇ ਹੋ ਚੀਜ਼ਾਂ ਦੇਖੋ ਮੇਰੀ ਜ਼ਿੰਮੇਵਾਰੀ ਇਸ ਟਾਈਮ ਹਲਕਾ ਖਰੜ ਉੱਤੇ ਹੈ ਜੀ ਮੇਰਾ ਪੂਰਾ ਧਿਆਨ ਹਲਕਾ ਖਰੜ ਉੱਤੇ ਹੈ ਅਤੇ ਸਭ ਤੋਂ ਵੱਧ ਜੇ ਖੁਸ਼ੀ ਮਿਲਦੀ ਹੈ ਨਾ ਉਹ ਹਲਕੇ 'ਚ ਕੰਮ ਕਰਕੇ ਮਿਲਦੀ ਹੈ ਕੋਈ ਪੈਸੇ ਦੀ ਕਮੀ ਨਹੀਂ ਹੈ ਕੋਈ ਗ੍ਰਾਂਟਾਂ ਦੀ ਕਮੀ ਨਹੀਂ ਹੈ ਮੇਰੇ ਹਲਕੇ ਵਾਸਤੇ ਮੈਨੂੰ ਸਿਰਫ ਜੇ ਹੁਣ ਆ ਜਿਹੜੇ ਸਰਪੰਚ ਚੁਣੇ ਗਏ ਆ ਮੈਨੂੰ ਪੂਰੀ ਉਮੀਦ ਹੈ 1 ਰੁਪਈਆ ਨਾ ਮੈਂ 2.5 ਸਾਲਾਂ 'ਚ ਕਿਸ ਤੋਂ ਮੰਗਿਆ ਸੀ ਨਾ ਕਿਸੇ ਵੀਡੀਓ ਤੋਂ ਨਾ ਕਿਸੇ ਅਫਸਰ ਤੋਂ ਨਾ ਕਿਸੇ ਸਰਪੰਚ ਵੀਰ ਤੋਂ ਸਾਰੇ ਜਾਣਦੇ ਨੇ ਇਸ ਗੱਲ ਨੂੰ ਮੈਂ ਤਾਂ ਇੱਕ ਗੱਲ ਹੀ ਕਹੀ ਆ ਵੀ ਹੁਣ ਤੁਹਾਡੀ ਐਮਐਲਏ ਉਹ ਨਹੀਂ ਹੈਗੀ ਵੀ ਫਲਾਣੀ ਦੁਕਾਨ ਤੋਂ ਸਰੀਆ ਚੱਕ ਲੈ ਆਇਓ ਉੱਥੋਂ ਬਜਰੀ ਚੱਕ ਲੈ ਆਇਓ ਫਲਾਣੇ ਠੇਕੇਦਾਰ ਨਾਲ ਹਿੱਸੇ ਪਾ ਲਏ ਇਹ ਕੰਮ ਕਰਨ ਨੂੰ ਅਸੀਂ ਨੌਜਵਾਨ ਸਿਆਸਤ 'ਚ ਨਹੀਂ ਆਏ ਅਸੀਂ ਬਦਲਣਾ ਚਾਹੁੰਦੇ ਹਾਂ ਅਤੇ ਇਹਦੇ ਲਈ ਅਫਸਰਾਂ ਤੋਂ ਲੈ ਕੇ ਸਰਪੰਚਾਂ ਦਾ ਸਾਥ ਚਾਹੀਦਾ 1.98 ਗ੍ਰਾਂਟ ਦੀ ਜਿਸ ਦਿਨ ਸਾਬਤ ਹੋ ਗਈ ਵੀ ਅਨਮੋਲ ਨੇ ਹਲਕਾ ਖਰੜ ਦੀ ਐਮਐਲਏ ਨੇ ਖਾ ਲਈ ਅਤੇ ਫਿਰ ਸਾਡਾ ਜਿਹੜਾ ਧਰਮ ਆ ਉਹ ਵੀ ਡਿੱਗ ਗਿਆ ਇਮਾਨਦਾਰੀ ਨਾਲ ਕੰਮ ਕਰਨਾ ਸੇਵਾ ਭਾਵਨਾ ਨਾਲ ਕੰਮ ਕਰਨਾ ਸਾਡਾ ਪਹਿਲਾ ਧਰਮ ਹੈ ਮੈਂ ਆਪਣੇ ਸਰਪੰਚ ਵੀਰਾਂ ਨੂੰ ਹੁਣ ਬੇਨਤੀ ਕਰੂੰਗੀ ਕਿ ਹੁਣ ਡਟ ਕੇ ਲੱਗ ਜਿਓ ਪਹਿਲਾਂ ਵੀ ਮੈਂ ਤਾਂ ਕਰੋੜਾਂ ਰੁਪਏ ਗ੍ਰਾਂਟਾਂ ਇਕੱਲੇ ਪਿੰਡ ਨੂੰ ਪਵਾਈਆਂ ਨੇ ਅੱਗੇ ਵੀ ਉਸੇ ਸਪੀਡ ਦੇ ਨਾਲ ਜਿਹੜੀਆਂ ਗ੍ਰਾਂਟਾਂ ਉਹ ਆਉਣਗੀਆਂ ਉਸ ਤੋਂ ਜ਼ਿਆਦਾ ਆਉਣਗੀਆਂ ਅਤੇ ਪੂਰੀ ਮਿਹਨਤ ਨਾਲ ਕੰਮ ਕਰਿਓ ਜਦੋਂ ਐਮਐਲਏ ਇਮਾਨਦਾਰ ਆ ਤਾਂ ਸਾਰੇ ਸਿਸਟਮ ਦਾ ਫਰਜ਼ ਬਣਦਾ ਵੀ ਇਮਾਨਦਾਰੀ ਨਾਲ ਕੰਮ ਕਰੇ ਵਿਕਤਰੇ ਕੀਤੇ ਜਾਂਦੇ ਨੇ ਵਿਕਤਰੇ ਨੂੰ ਲੈ ਕੇ ਕੀ ਤੁਹਾਡੇ ਵੱਲੋਂ ਹੁਣ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਕੋਈ ਵਿਤਕਰਾ ਨਹੀਂ ਜੀ ਮੇਰੇ ਲਈ ਜਿਹੜਾ ਬੰਦਾ ਕੰਮ ਕਰਦਾ ਚਾਹੇ ਮੈਂ ਮੇਰਾ ਪਾਰਟੀਆਂ ਨਾਲ ਮਤਲਬ ਹੀ ਨਹੀਂ ਉਹ ਜੇ ਤੁਸੀਂ ਉਹ ਸਿਆਸਤ 'ਚ ਪੈ ਗਏ ਵੀ ਫਲਾਣੀ ਗਲੀ ਨੇ ਵੋਟ ਨਹੀਂ ਪਾਈ ਜੀ ਉਹਨਾਂ ਦਾ ਕੰਮ ਨਾ ਕਰਾਇਓ ਮੇਰਾ ਇਹ ਫਾਰਮੂਲਾ ਹੈ ਨਹੀਂ ਮੈਂ ਕਹਿੰਦੀ ਵੀ ਸਾਰੇ ਰੱਬ ਦੇ ਬੰਦੇ ਆ ਸਾਰੇ ਅੰਦਰ ਪਰਮਾਤਮਾ ਬੈਠਾ ਹੈ ਜਦੋਂ 2 ਪਾਰਟੀਆਂ ਸੀ ਪਹਿਲਾਂ ਜਿਹੜੇ ਕੰਮ ਕਰਨ ਵਾਲੇ ਲੋਕ ਸੀ ਉਹਨਾਂ ਨਾਲ ਹੀ ਜੁੜੇ ਹੋਏ ਸੀ ਹੁਣ ਅਸੀਂ ਪਹਿਲਾਂ ਸਰਵੇ ਕਰਦੇ ਹਾਂ ਵੀ ਹਾਂ ਆਹ ਪਿੰਡ ਦੇ ਵਿੱਚ ਪਹਿਲਾਂ ਵਾਲੇ ਸਰਪੰਚਾਂ ਬਾਰੇ ਲੋਕ ਕੀ ਕਹਿੰਦੇ ਨੇ ਕਿ ਇਹਨਾਂ ਨੇ ਕੰਮ ਕਰਵਾਏ ਨੇ ਨਾਲੇ ਸਰਪੰਚ ਪਿੰਡ ਦਾ ਹੁੰਦਾ ਅਤੇ ਜਿਹੜੇ ਵੀ ਨੌਜਵਾਨ ਸੀ ਕੋਈ ਵੱਡੇ ਸੀ ਕੰਮ ਕਰਨ ਵਾਲੇ ਸੀ ਅਸੀਂ ਸਾਰਿਆਂ ਨੂੰ ਆਪਦੇ ਨਾਲ ਜੋੜਿਆ ਜਿਹੜੇ ਵੀ ਕੰਮ ਕਰਨਗੇ ਮੈਂ ਅਸੀਂ ਨਹੀਂ ਦੇਖਦੇ ਜੀ ਕਿ ਸਰਪੰਚ ਕੌਣ ਆ ਅਸੀਂ ਇੱਕ ਗੱਲ ਵੇਖਣੀ ਹੈ ਵੀ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਹੈ ਅਤੇ ਮੈਂ ਸਾਰੇ ਪਿੰਡਾਂ ਨੂੰ ਬਰਾਬਰ ਗ੍ਰਾਂਟਾਂ ਦੇਣੀਆਂ ਅਤੇ ਕੰਮ ਹੋਣੇ ਚਾਹੀਦੇ ਆ ਬਿਲਕੁਲ ਧੜੇਬਾਜੀ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲਦੀ ਹੈ ਪਰ ਇਸ ਵਾਰ ਸਰਬਸੰਮਤੀ ਨਾਲ ਸਿੱਧੇ ਤੌਰ 'ਤੇ ਕਹਿ ਦਈਏ 41 ਪਿੰਡ ਦੇ ਵਿੱਚ ਹੁਣ ਸਰਪੰਚ ਬਣਨ ਜਾ ਰਹੇ ਨੇ ਕਮਾਲ ਹੋ ਗਈ ਜੀ ਕਮਾਲ ਹੋ ਗਈ ਲੋਕਾਂ ਦੀ ਸਿਆਣਪ ਹੈ ਲੋਕਾਂ ਦੀ ਹੱਲਾਸ਼ੇਰੀ ਹੈ ਅਤੇ ਬੜੇ ਵਧੀਆ ਢੰਗ ਦੇ ਨਾਲ ਪੂਰੀ ਸ਼ਾਂਤੀਪੂਰਵਕ ਢੰਗ ਦੇ ਨਾਲ ਲੋਕਾਂ ਨੇ ਆਪਣੇ ਮਰਜ਼ੀ ਦੇ ਨਾਲ ਬਿਨਾਂ ਕੋਈ ਕਿਸੇ ਦਾ ਪਰਚਾ ਰੱਦ ਕਰਾਏ ਇਹ 41 ਸਰਬਸੰਮਤੀਆਂ ਹੋਈਆਂ ਨੇ ਕੋਈ ਇਹ ਨਹੀਂ ਕਿ ਕਿਸੇ ਥਾਂ 'ਤੇ ਸਾਨੂੰ ਬਹੁਤੇ ਕੁਝ ਸੰਘਰਸ਼ ਕਰਨਾ ਪਿਆ ਕੁਝ ਕੀਤਾ ਇਹ ਆਪਣੇ ਆਪ ਲੋਕਾਂ ਨੇ ਜਿਹੜੀਆਂ ਇਹ ਸਾਰਿਆਂ ਨੂੰ ਕਬੂਲ ਕੀਤਾ ਅਤੇ ਇਹਦਾ ਕਾਰਨ ਰਿਹਾ ਵੀ ਅਸੀਂ ਕਦੀ ਉਹ ਛੋਟੇ ਲੈਵਲ ਦੀ ਸਿਆਸਤ ਨਹੀਂ ਕੀਤੀ ਲੋਕਾਂ ਨੂੰ ਪਤਾ ਵੀ ਪਿੰਡਾਂ 'ਚ ਗ੍ਰਾਂਟਾਂ ਆ ਰਹੀਆਂ ਇਮਾਨਦਾਰੀ ਨਾਲ ਲੱਗ ਰਹੀਆਂ ਪਿੰਡੋ ਪਿੰਡ ਗਰਾਊਂਡ ਬਣ ਰਹੇ ਆ ਜਿੰਮ ਬਣ ਰਹੇ ਨੇ ਪਾਰਕ ਬਣ ਰਹੇ ਨੇ ਸੀਵਰੇਜ ਪਾ ਰਹੇ ਹਾਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਟੁੱਟੀਆਂ ਸੜਕਾਂ ਨੇ ਹਲਕੇ ਦੀਆਂ ਉਹ ਮੰਡੀ ਬੋਰਡ ਰਿਪੇਅਰ ਕਰ ਰਿਹਾ ਜਲਦੀ ਅਤੇ ਜਿੰਨੀਆਂ ਹੋਰ ਕੁਝ ਸੜਕਾਂ ਮੇਨ ਲਿੰਕ ਰੋਡਸ ਨੇ ਉਹ ਵੀ ਜਿਹੜਾ ਅਸੀਂ ਹੁਣ ਜਲਦੀ ਬਣਾ ਦੇਵਾਂਗੇ ਬਿਲਕੁਲ ਆਖਰੀ ਸਵਾਲ ਮੈਂ ਮੇਰਾ 15 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਹੈ ਨਾ ਤਿਆਰੀਆਂ ਕਿਸ ਤਰ੍ਹਾਂ ਚੱਲਦੀਆਂ
तैयारियां जी पिंडां वालियां ने चुनना बस। मैं तो हुण पिंडां वालियां नूं एक ही बेनती करदी हां, मेरे हलके दे जिन्नियां भी 41 हो गई 136 पंचायतां ने, कि सरपंच हुण उह चुणियो जिहड़े काम करन वाले ने। मैनूं काम करन वाले सरपंच चाहीदे ने, रुपईआ मैं खाणा नहीं आ। तो मेरा ध्यान पूरा हल्के च ही है, तो हुण हल्के च ही निकलना है। तो सरपंच चुणन की कमी ना छड्डियो, फलाना बंदा किसी ने दारू वंडती, किसी ने कोई होर काम करते, बहुते खर्चे करन वाले नूं नहीं, जिहड़ा पिंड नूं स्वर्ग बनावे, पिंडां विच लाइब्रेरियां, ग्राउंड, पार्क, सीवरेज। क्योंकि पैसा मैं देना, जे माड़ा बंदा चुन लिया उही 100 चो 90 खा जाणगे, 10 ला देंदे ने। तो पहले ही वह बंदे चुने भी मुड़ के सानू तंग ना होना पवे, मैनू चंगीयां बाहवां दिओ जिहड़े काम करन वाले होण। विरोधियां ने तां हुण भी निशाने साधने ने, उहनां नूं की कहोगे जाण लगे हुण? देखो विरोधियों का काम उन्हों का धर्म है विरोधता करना। जे मैं तो यह कहनी हूँ भी जे कोई बंदा चंगा काम कर रहा जरूरी नहीं हुंदा आपां उहदे खिलाफ बोलना है। हो सकता भी हुण 3-4 जने उठ के आ वीडियो तो बाद कुछ बोलन भी लग जाण, पर कोई किसी का दुश्मन नहीं, सारे रब के बंदे ने, सारे ही भैण भरा। जे थोनू कोई बंदा इलाके की सेवा करने वाला, विकास करने वाला मिलिया, तो वह मन में सियासत को कढ़ के एक दूजे के नाल खड़ना चाहिए। मैं तुसीं नोट किया होना भी ना तो मैं इलैक्शन तो पहला निंदिया करने वाली सियासत का कदे रुख किया, ना मैं जितने तो बाद किया। मैं हमेशा इलैक्शन तो पहला दस्या सी भी मैं आह काम करूँगी, जितने तो बाद मैं दस रही हूँ भी आह काम चल रहे ने। निंदिया करने वाली पॉलिटिक्स बंद होनी चाहिए है, लोगों ने सानू फतवा दे दिता है। सो खरड़ के जेडे कि अजय सरब सब्जी नाल 41 पिंड कि सरपंच चुने गए, उसू लैके अज सन्मानित कर खरड़ अनमोल गगन मैडम मैडम सीधे तौर पर पहुंचे ने। तो इन्होंने सीधे तौर पर कहा कि बड़ी खुशी की गल है जी कि सरबसमति जेडे कि पिंड के सरपंच चुने गए। कैमरामैन अशोक गुरप्रीत।